ਸਕਸੈਸ ਤਰੱਕੀ ਸਕਸੈਸ ਇੰਗਲਿਸ਼ ਵਿੱਚ ਇੱਕ ਐਕਰੋਨਿਮ ਆ ਦੈਟ ਇਜ਼ ਐਨ ਐਕਰੋਨਿਮ ਆਫ ਸਕਸੈਸ ਵਿੱਚ ਇਜ਼ ਸੀ ਯੋਰ ਗੋਲਸ ਐਸ ਸਟੈਂਡਸ ਫੋਰ ਸੀ ਯੋਰ ਗੋਲਸ ਵਟ ਯੂ ਵਾਂਟ ਟੂ ਡੂ ਇਨ ਲਾਈਫ ਜ਼ਿੰਦਗੀ ਵਿੱਚ ਕਿੱਥੇ ਪਹੁੰਚਣਾ ਚਾਹ ਰਹੇ ਹਾਂ ਕੀ ਤੇਰੀ ਮੰਜ਼ਿਲ ਆ ਤੈਨੂੰ ਵੇਖਣੀ ਪੈਣੀ ਆ ਖੁਦ ਆਪ ਯੂ ਦਾ ਮਤਲਬ ਯੂ ਅੰਡਰਸਟੈਂਡ ਦ ਓਬਸਟੇਕਲ ਆਪਣੇ ਆਪ ਦੀ ਜ਼ਿੰਦਗੀ ਵਿੱਚ ਜਿਹੜੀਆਂ ਮੁਸ਼ਕਲਾਂ ਆ ਉਹ ਤੈਨੂੰ ਸਮਝ ਕੇ ਅੱਗੇ ਵਧਣਾ ਪੈਣਾ ਕੋਈ ਤੇਰੇ ਵਾਸਤੇ ਨਹੀਂ ਸਮਝ ਸਕਦਾ ਤੇਰੀ ਓਬਸਟੇਕਲ ਨੂੰ ਤੇਰੀ ਮੁਸ਼ਕਲ ਨੂੰ ਤੈਨੂੰ ਆਪ ਸਮਝਣਾ ਪਏਗਾ ਯੂ ਨੀਡ ਟੂ ਅੰਡਰਸਟੈਂਡ ਵਟ ਯੋਰ ਓਬਸਟੇਕਲ ਇਜ਼ ਟੂ ਰੀਚ ਸਕਸੈਸ ਸੀ ਸਟੈਂਡਸ ਫੋਰ ਕ੍ਰੀਏਟ ਅ ਪੋਜ਼ਿਟਿਵ ਮੈਂਟਲ ਪਿਕਚਰ ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਆਉਣਗੀਆਂ ਪਰ ਤੈਨੂੰ ਆਪਣੇ ਆਪ ਦੇ ਅੰਦਰ ਇੱਕ ਪਿਕਚਰ ਪੇਂਟ ਕਰਨੀ ਪੈਣੀ ਆ ਪੋਜ਼ਿਟਿਵ ਕਿਵੇਂ ਰਹਿਣਾ ਪੋਜ਼ਿਟਿਵ ਆਊਟਕਮ ਕਿਵੇਂ ਲੈ ਕੇ ਆਉਣੀ ਆ ਨੈਗੇਟਿਵ ਸਿਚੁਏਸ਼ਨ ਵਿੱਚੋਂ ਪੋਜ਼ਿਟਿਵ ਕਿਵੇਂ ਸੋਚਣਾ ਇਹ ਤੈਨੂੰ ਕਰਨਾ ਪਏਗਾ ਦੂਜਾ ਸੀ ਕਲੇ ਯੋਰ ਮਾਇੰਡ ਆਫ ਸੈਲਫ ਡਾਊਟ ਇਹ ਯਾਦ ਰੱਖਿਓ ਪਿਆਰਿਓ ਕਿਉਂਕਿ ਦੁਬਦਾ ਜ਼ਰੂਰ ਮਨ 'ਚ ਆਉਂਦੀ ਆ ਡਾਊਟ ਆਉਂਦਾ ਆ ਬੰਦਾ ਸੋਚਦਾ ਮੈਂ ਕਰ ਸਕਦਾ ਨਹੀਂ ਕਰ ਸਕਦਾ ਯੂ ਹੈਵ ਦੈਟ ਸੈਲਫ ਡਾਊਟ ਕੈਨ ਆਈ ਡੂ ਦਿਸ ਯੂ ਨੀਡ ਟੂ ਇਨਕਰੇਜ ਯੋਰ ਸੈਲਫ ਯੈਸ ਯੂ ਕੈਨ ਮੂਵ ਫੋਰਵਰਡ ਯੂ ਕੈਨ ਡੂ ਦਿਸ ਇਫ ਯੂ ਪੁੱਟ ਯੋਰ ਮਾਇੰਡ ਟੂ ਇਟ ਈ ਸਟੈਂਡਸ ਫੋਰ ਇੰਬਰੇਸ ਦ ਚੈਲੰਜ ਜਿਹੜੀ ਮੁਸ਼ਕਲ ਆਈ ਆ ਉਹਨੂੰ ਤੂੰ ਇੰਬਰੇਸ ਕਰ ਉਹਨੂੰ ਤੂੰ ਫੜ ਕੇ ਬੈਠ ਕਿ ਮੈਂ ਇਹ ਕਰਾਂਗਾ ਜਿਹੜੀ ਚੈਲੰਜ ਆ ਐਕਸਾਈਟਮੈਂਟ ਆ ਗਈ ਚੈਲੰਜ ਆ ਗਈ ਇਹ ਚੈਲੰਜ ਨੂੰ ਵੀ ਮੈਂ ਡਿਫੀਟ ਕਰ ਸਕਦਾ ਜਦੋਂ ਮੈਂ ਆਪਣੇ ਆਪ ਵਿੱਚ ਭਰੋਸਾ ਰੱਖੇਗਾ ਇਫ ਆਈ ਹੈਵ ਦੈਟ ਵੈਲਨੈਸ ਦ ਵੈਲ ਬੀਇੰਗ ਆਫ ਮਾਈ ਸੈਲਫ ਇਫ ਆਈ ਇਨਕਰੇਜ ਮਾਈ ਸੈਲਫ ਆਈ ਕੈਨ ਡੂ ਦਿਸ ਦੈਨ ਆਈ ਵਿਲ ਇੰਬਰੇਸ ਦੈਟ ਚੈਲੰਜ ਆਈ ਵਿਲ ਮੂਵ ਫੋਰਵਰਡ ਐਸ ਸਟੈਂਡਸ ਫੋਰ ਸਟੇ ਔਨ ਟਰੈਕ ਜ਼ਿੰਦਗੀ ਵਿੱਚ ਬਹੁਤ ਜਾਣੇ ਉਹ ਹੋਣਗੇ ਲੱਤਾਂ ਖਿੱਚਣ ਵਾਲੇ ਕਿ ਤੂੰ ਨਹੀਂ ਕਰ ਸਕਦਾ ਯੂ ਕਾਂਟ ਮੂਵ ਫੋਰਵਰਡ ਯੂ ਕਾਂਟ ਡੂ ਦਿਸ ਯੂ ਕਾਂਟ ਰੀਚ ਸਕਸੈਸ ਪਰ ਤੂੰ ਆਪਣੇ ਟਰੈਕ 'ਤੇ ਰਹਿਣਾ ਸਾਈ ਟਰੈਕ ਨਾ ਹੋਈ ਇਹ ਨਹੀਂ ਕਿ ਕੋਈ ਕੀ ਕਹਿ ਰਿਹਾ ਫਲਾਨਾ ਕੀ ਕਹਿ ਰਿਹਾ ਉੱਧਰ ਇੱਧਰ ਉੱਧਰ ਨਾ ਵੇਖੀ ਲੋਕਾਂ ਵੱਲ ਯੂ ਜਸਟ ਸਟੇ ਔਨ ਟਰੈਕ ਐਂਡ ਕੈਰੀ ਔਨ ਮੂਵਿੰਗ ਫੋਰਵਰਡ ਤੂੰ ਆਪਣਾ ਰਾਹ ਚੁਣ ਲੈ ਤੂੰ ਆਪਣੀ ਡਾਇਰੈਕਸ਼ਨ ਸਹੀ ਰੱਖ ਸਾਈ ਟਰੈਕ ਨਾ ਹੋਈ Stay on track. And the last S stands for show yourself you can do it. ਲੋਕਾਂ ਨੂੰ ਨਾ ਵਿਖਾਲ ਕਿ ਮੈਂ ਆਹ ਤਰੱਕੀ ਕਰ ਲਈ ਮੈਂ ਸਕਸੈਸਫੁਲ ਹੋ ਗਿਆ ਯਾਦ ਰੱਖੋ ਇੱਕ ਬੰਦਾ ਸੋਚਦਾ ਕਿ ਮੈਂ ਪਹਾੜ ਚੜ੍ਹਾਂ ਤਾਂ ਲੋਕਾਂ ਨੂੰ ਵਿਖਾਲਾਂ ਕਿ ਮੈਂ ਪਹਾੜ ਚੜ੍ਹ ਗਿਆ ਪਰ ਜਦੋਂ ਬੰਦਾ ਪਹਾੜ ਚੜ੍ਹ ਕੇ ਉੱਤੇ ਪਹੁੰਚਦਾ ਹੈ ਨਾ ਆਪਣੇ ਕਹਿ ਲਓ ਪੀਕ ਤੱਕ ਐਂਡ ਤੱਕ ਜਦੋਂ ਉੱਤਿਓਂ ਆਲਾ ਦੁਆਲਾ ਵੇਖਦਾ ਤਾਂ ਬੰਦਾ ਇੱਕ ਵੱਡਾ ਸਾਹ ਲੈ ਕੇ ਸੋਚਦਾ ਯਾਰ ਮੈਂ ਇਹ ਅਸਟੈਬਲਿਸ਼ ਕਰ ਲਿਆ ਆਹ ਸੀਨਰੀ ਵੇਖੋ ਕਿੰਨੀ ਸੋਹਣੀ ਆ ਪਹਾੜ 'ਤੇ ਖੜ ਕੇ ਜਦੋਂ ਮੈਂ ਵੇਖ ਰਿਹਾ ਤਾਂ ਅੰਦਰੋਂ ਇੱਕ ਕਹਿ ਲਓ ਕਿ ਸਕੂਨ ਮਿਲ ਰਿਹਾ ਕਿ ਮੈਂ ਕਰ ਲਿਆ ਸ਼ੋ ਯੋਰ ਸੈਲਫ ਯੂ ਕੈਨ ਡੂ ਦਿਸ ਵੈਨ ਕਲਾਈਮਿੰਗ ਦ ਮਾਊਂਟੇਨ ਯੂ ਮਸਟ ਹੈਵ ਫੇਸਡ ਸੋ ਮੈਨੀ ਓਬਸਟੇਕਲਸ ਔਨ ਦ ਵੇ Yes, you may have thought at one point before starting this or starting to climb the mountain that I want to show the world I can do it. But when you reach the top and you look around at everything and you see the scenery, you take the breath of that fresh air, it makes you understand that it's not about showing people, it's about showing yourself and improving yourself that you can do it. So is success ya tarakki ya see your goals understand your obstacles and have that clear positive picture inside C stands for clear your mind of self doubt E stands for embrace the challenge S stay on the track and last S stands for show yourself you can do it tu kar sakda je tu karna ਚਾਹਵੇਂ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਜ਼ਰੂਰ ਆਪਣੇ ਪਿਆਰ ਵਾਲਿਆਂ 'ਚ ਸ਼ੇਅਰ ਕਰਿਓ ਸਕਸੈਸ ਤਰੱਕੀ ਇਫ ਯੂ ਫਾਊਂਡ ਟੂਡੇਜ਼ ਵੀਡੀਓ ਮੋਟੀਵੇਸ਼ਨਲ ਐਂਡ ਇੰਸਪੀਰੇਸ਼ਨਲ ਦੈਨ ਪਲੀਜ਼ ਡੂ ਸ਼ੇਅਰ ਵਿਦ ਯੋਰ ਲਵਡ ਵਨਸ ਹੂ ਨੋਜ਼ ਹੂ ਇਟ ਕੈਨ ਹੈਲਪ ਟਰਾਈ ਐਂਡ ਸੈਲਫ ਡਿਵੈਲਪ ਯੋਰ ਓਨ ਸੈਲਫ ਐਂਡ ਕੀਪ ਯੋਰ ਸੈਲਫ ਇਨ ਅ ਕਲੀਅਰ ਡਾਇਰੈਕਸ਼ਨ ਟੂ ਕੀਪ ਯੋਰ ਸੈਲਫ ਪੋਜ਼ੀਟਿਵ ਧੰਨਵਾਦ ਆਪ ਜੀ ਦਾ ਜੇ ਅੱਜ ਦਾ ਕਲਿੱਪ ਵਧੀਆ ਲੱਗਾ ਜ਼ਰੂਰ ਸਬਸਕ੍ਰਾਈਬ ਕਰਿਓ ਸਾਡਾ ਯੂਟਿਊਬ ਇੰਸਟਾਗ੍ਰਾਮ ਫੇਸਬੁੱਕ ਨਿਰਵੈਰ ਖਾਲਸਾ ਜਥਾ UK ਚੈਨਲ ਥੈਂਕ ਯੂ ਵੈਰੀ ਮੱਚ ਵਾਂਸ ਅਗੇਨ